ਚਾਰੇ ਪਾਸੇ ਹੁਣ ਚਰਚਾ ਹੈ ਕਿ ਬਈ ਦਿਲਜੀਤ ਦੋਸਾਂਝ ਹੁਣ ਜਿੰਮੀ ਫਾਲਨ ਦੇ ਦ ਟੁਨਾਈਟ ਸ਼ੋਅ ਦੇ ਵਿੱਚ ਜਾਣਗੇ। ਹਾਹਾਕਾਰ ਮੱਚ ਗਈ ਕਿਉਂਕਿ ਜਦੋਂ ਉਹਨਾਂ ਨੇ ਲਿਖ ਕੇ ਫੋਟੋ ਸ਼ੇਅਰ ਕੀਤੀ ਨਾ ਕਿ ਪੰਜਾਬੀ ਆ ਗਏ ਹੋਏ, ਤਾਂ ਫਿਰ ਗੱਲ ਜਿਹੜੀ ਆ ਹੋਰ ਬੰਨੇ ਦੀ ਹੋ ਗਈ ਸੀ। ਇੱਕ ਵਾਰੀ ਤਾਂ ਸਾਰੇ ਪਾਸੇ ਇਸ ਗੱਲ ਦੀ ਚਰਚਾ ਪੂਰੇ ਜ਼ੋਰਾਂ 'ਤੇ ਹੈ ਕਿ ਹੁਣ ਦਿਲਜੀਤ ਦੋਸਾਂਝ ਨੇ ਨਵਾਂ ਕੀ ਕਰਤਾ, ਅਤੇ ਬਈ ਇਹ ਜਿੰਮੀ ਫਾਲਨ ਆਖਿਰਕਾਰ ਹੈ ਕੌਣ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ, ਮੈਂ ਜੋਗਰਾਜ ਸਿੰਘ ਕਾਲੋਂ। ਚਾਰੇ ਪਾਸੇ ਹੁਣ ਚਰਚਾ ਹੈ ਕਿ ਬਈ ਦਿਲਜੀਤ ਦੋਸਾਂਝ ਹੁਣ ਜਿੰਮੀ ਫਾਲਨ ਦੇ ਦ ਟੁਨਾਈਟ ਸ਼ੋਅ ਦੇ ਵਿੱਚ ਜਾਣਗੇ। ਦਿਲਜੀਤ ਦੋਸਾਂਝ ਨੇ ਇਹਦੇ ਬਾਰੇ ਜਾਣਕਾਰੀ ਆਪਣੇ ਇੰਸਟਾਗ੍ਰਾਮ ਦੇ ਉੱਤੇ ਸਾਂਝੀ ਕੀਤੀ, ਜਿਸ ਤੋਂ ਬਾਅਦ ਤਾਂ ਕਹਿ ਲਓ ਕਿ ਖਬਰਾਂ ਦੇ ਢੇਰ ਲੱਗ ਗਏ ਅਤੇ ਸਾਰੇ ਪਾਸੇ ਹਾਹਾਕਾਰ ਮੱਚ ਗਈ ਕਿਉਂਕਿ ਜਦੋਂ ਉਹਨਾਂ ਨੇ ਲਿਖ ਕੇ ਫੋਟੋ ਸ਼ੇਅਰ ਕੀਤੀ ਨਾ ਕਿ ਪੰਜਾਬੀ ਆ ਗਏ ਹੋਏ, ਤਾਂ ਫਿਰ ਗੱਲ ਜਿਹੜੀ ਆ ਹੋਰ ਬੰਨੇ ਦੀ ਹੋ ਗਈ ਸੀ। ਦਿਲਜੀਤ ਦੋਸਾਂਝ ਵਾਸਤੇ ਸਾਲ 2024 ਮੈਨੂੰ ਲੱਗਦਾ ਜਦੋਂ ਦਾ ਚੜ੍ਹੇ ਆਏ ਹੋ ਐਂਡ ਟੀਸੀ ਦੇ ਉੱਤੇ ਪਹੁੰਚਣ ਦੀ, ਅਤੇ ਉਸ ਤੋਂ ਵੀ ਤਾਂ ਜਾਣ ਦੀਆਂ ਤਿਆਰੀਆਂ ਨੇ ਕਿਉਂਕਿ 24 ਦੇ ਵਿੱਚ ਇੱਕ ਤੋਂ ਵੱਧ ਕੇ ਇੱਕ ਖਬਰ, ਉਸ ਤੋਂ ਵੀ ਵੱਡੀ, ਉਸ ਤੋਂ ਵੀ ਵੱਡੀ। ਸ਼ੁਰੂਆਤ ਜਿਹੜੀ ਹੋਈ ਉਹ ਹੋਈ ਕਿ 2024 ਦੇ ਵਿੱਚ ਅੰਬਾਨੀਆਂ ਦਾ ਵਿਆਹ ਹੈ ਅਤੇ ਪ੍ਰੀ ਵੈਡਿੰਗ ਦੇ ਵਿੱਚ ਇੱਕ ਬੰਨੇ ਰਿਹਾਨਾ ਪਰਫੋਰਮ ਕਰਨਗੇ ਅਤੇ ਅਗਲੇ ਦਿਨ ਦਿਲਜੀਤ ਦੋਸਾਂਝ ਪਰਫੋਰਮ ਕਰਨਗੇ, ਜਿਸ ਤੋਂ ਬਾਅਦ ਪ੍ਰਸਿੱਧੀ ਚਾਰੇ ਪਾਸੇ ਫੈਲ ਗਈ। ਕਦੀ ਕਰੀਨਾ ਕਪੂਰ ਦੇ ਨਾਲ ਵੀਡੀਓ ਵਾਇਰਲ ਹੋਣਾ, ਕਦੀ ਉੱਥੇ ਹੋਰ ਕੋਈ ਗੱਲਬਾਤ, ਸੋ ਦਿਲਜੀਤ ਦੋਸਾਂਝ ਦਾ ਸਾਰੇ ਪਾਸੇ ਜਿਹੜੀ ਚਰਚਾ ਵਧੀ। ਫਿਰ ਜਦੋਂ ਸਾਲ 2024 ਅੱਗੇ ਲੰਘਿਆ ਅਤੇ ਐਡ ਸ਼ਰੀਨ ਦੇ ਨਾਲ ਉਹਨਾਂ ਦੀ ਸਟੇਜ ਸਾਂਝੀ ਹੋਣੀ, ਗੱਲ ਹੋਰ ਅੱਗੇ ਚੱਲੀ ਅਤੇ ਚਮਕੀਲੇ ਤੋਂ ਨਾਲ ਪ੍ਰਸਿੱਧੀ ਆਈ। ਅਮਰ ਸਿੰਘ ਚਮਕੀਲਾ ਹੁਣ ਜ਼ਿੰਦਗੀ ਦੇ ਉੱਤੇ ਫਿਲਮ ਬਣੀ, ਨੈੱਟਫਲਿਕਸ ਦੇ ਉੱਤੇ ਖੂਬ ਉਹਦੀ ਚਰਚਾ ਹੋਈ ਅਤੇ ਚਮਕੀਲੇ ਦੇ ਨਾਂ ਤੋਂ ਬਾਅਦ ਦਿਲਜੀਤ ਦੋਸਾਂਝ ਦੀ ਪ੍ਰਸਿੱਧੀ ਹੋਰ ਵੀ ਜ਼ਿਆਦਾ ਵਧੀ। ਜੋ ਜੋ ਸਮਾਂ ਅੱਗੇ ਲੰਘਿਆ ਅਤੇ ਦਿਲ ਇਲੂਮੀਨਾਟੀ ਟੂਰ ਜੋ ਕਿ 27 ਅਪ੍ਰੈਲ ਨੂੰ ਵੈਨਕੂਵਰ ਤੋਂ ਸ਼ੁਰੂ ਹੋਇਆ, ਜਿੱਥੇ ਰਿਕਾਰਡ ਬਣਿਆ 54,000 ਲੋਕਾਂ ਨੇ ਲਾਈਵ ਪਹਿਲੀ ਵਾਰੀ BC ਸਟੇਡੀਅਮ ਦੇ ਵਿੱਚ ਕਿਸੇ ਇੰਡੀਅਨ ਆਰਟਿਸਟ ਨੇ ਪਰਫੋਰਮ ਕੀਤਾ ਹੋਏ, ਉਹ ਰਿਕਾਰਡ ਦਿਲਜੀਤ ਦੋਸਾਂਝ ਨੇ 2024 'ਚ ਆਪਣੇ ਨਾਂ ਕੀਤਾ। ਅਤੇ ਹੁਣ ਗੱਲ ਆ ਕੇ ਖੜ ਗਈ ਹੈ ਜਿੰਮੀ ਫਾਲਨ ਦੇ ਦ ਟੁਨਾਈਟ ਸ਼ੋਅ ਦੇ ਵਿੱਚ, ਜੋ ਆਪਣੇ ਆਪ 'ਚ ਬਹੁਤ ਵੱਡਾ ਸ਼ੋਅ ਹੈ ਅਤੇ ਅਜੇ 2024 ਦਾ ਅੱਧ ਵੀ ਨਹੀਂ ਲੰਘਿਆ, ਜੂਨ ਵੀ ਖਤਮ ਨਹੀਂ ਹੋਇਆ ਅਤੇ ਹੁਣ ਤੱਕ ਇੰਨੇ ਕੰਮ ਦਿਲਜੀਤ ਦੋਸਾਂਝ ਆਲਰੇਡੀ ਕਰ ਚੁੱਕਿਆ। ਸਾਰੇ ਪਾਸੇ ਚਰਚਾ ਹੁਣ ਇਹ ਫੈਲ ਰਹੀ ਹੈ ਕਿ ਜਿਹੜਾ ਜਿੰਮੀ ਫਾਲਨ ਦਾ ਸ਼ੋਅ ਹੈ, ਬਈ ਇਹ ਸ਼ੋਅ ਤਾਂ ਹੁੰਦਾ ਅੰਗਰੇਜ਼ੀ ਦੇ ਵਿੱਚ, ਹੁਣ ਦਿਲਜੀਤ ਦੋਸਾਂਝ ਅੰਗਰੇਜ਼ੀ ਸ਼ੋਅ ਕਰਨਗੇ ਕਿ ਜਿੰਮੀ ਫਾਲਨ ਪੰਜਾਬੀ ਸਿੱਖ ਕੇ ਆਊਗਾ। ਇਹ ਦੋਵੇਂ ਚੀਜ਼ਾਂ ਹੀ ਆਪਣੇ ਆਪ 'ਚ ਦੇਖਣ ਵਾਲੀਆਂ ਹੋਣੀਆਂ ਨੇ ਅਤੇ ਲੋਕਾਂ ਦਾ ਹੁਣ ਕਹਿ ਲਓ ਕਿ ਟਵਿੱਟਰ ਜਾਂ ਹੋਰ ਪਾਸੇ ਚਰਚਾਵਾਂ ਹੈਸ਼ਟੈਗਸ ਦੀਆਂ ਉਹ ਇੱਦਾਂ ਦੀਆਂ ਚੱਲ ਰਹੀਆਂ ਨੇ ਕਿ ਬਈ ਦਿਲਜੀਤ ਦੋਸਾਂਝ ਆਖਿਰਕਾਰ ਅੰਗਰੇਜ਼ੀ ਕਿੱਥੋਂ ਬੋਲਣਗੇ। ਹੁਣ ਇਹ ਕੀ ਹੋਏਗਾ, ਇਹ ਸਾਰਿਆਂ ਵਾਸਤੇ ਬਹੁਤ ਇੱਕ ਤਰੀਕੇ ਦਾ ਸਰਪ੍ਰਾਈਜ਼ ਬਣਿਆ ਪਿਆ। ਦਿਲਜੀਤ ਦੋਸਾਂਝ ਜਿਨ੍ਹਾਂ ਨੇ ਸਾਲ 2002 ਦੇ ਵਿੱਚ ਆਪਣੇ ਇਸ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਜ਼ਿੰਦਗੀ ਦੀ ਕੀਤੀ, ਸੰਗੀਤ ਦੀ ਜ਼ਿੰਦਗੀ ਦੇ ਵਿੱਚ ਆਏ, ਪਰ 2005 ਦੇ ਵਿੱਚ ਸਮਾਈਲ ਐਲਬਮ ਤੋਂ ਬਾਅਦ ਉਹਨਾਂ ਨੂੰ ਪ੍ਰਸਿੱਧੀ ਮਿਲੀ ਅਤੇ ਫਿਰ ਕਹਿ ਲਓ ਕਿ ਇੱਕ ਤੋਂ ਬਾਅਦ ਦੂਜੀ ਪੌੜੀ, ਤੀਜੀ ਪੌੜੀ ਅਤੇ ਫਿਰ ਸਿਖਰਾਂ 'ਤੇ ਜਾਂਦੇ 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 ਹੁਣ ਇਸ ਟਾਈਮ ਸ਼ਾਇਦ ਹੀ ਕੋਈ ਪੰਜਾਬੀ ਆਰਟਿਸਟ ਹੋਏ ਜਿਹਦੀ ਪ੍ਰਸਿੱਧੀ ਦਿਲਜੀਤ ਦੋਸਾਂਝ ਵਰਗੀ ਹੈ। ਦਲਜੀਤ ਸਿੰਘ ਦੋਸਾਂਝ ਇਹਨਾਂ ਦਾ ਸਿੱਧਾ ਨਾਂ, ਪਰ ਦਿਲਜੀਤ ਦੋਸਾਂਝ ਦੇ ਨਾਂ ਦੇ ਨਾਲ ਪ੍ਰਸਿੱਧੀ ਕੀਤੀ ਅਤੇ ਹਾਲੇ ਵੀ ਜਿਹੜਾ ਇਹਨਾਂ ਦਾ ਦਿਲ ਇਲੂਮੀਨਾਟੀ ਟੂਰ ਆ ਉਹ ਚੱਲਦਾ ਪਿਆ ਹੈ, ਕਿਉਂਕਿ ਕੈਨੇਡਾ ਤੋਂ ਬਾਅਦ 'ਚ ਬਹੁਤ ਸਾਰੇ ਥਾਵਾਂ 'ਤੇ ਅਮਰੀਕਾ ਟੂਰ ਕੀਤੇ ਅਤੇ ਹੁਣ ਆ ਗਏ ਉਹ ਵਾਪਸ ਜਿੰਮੀ ਫਾਲਨ ਦੇ ਸ਼ੋਅ 'ਚ, ਅਤੇ ਬਾਅਦ ਵਿੱਚ 2 ਸ਼ੋਅ ਅਜੇ ਹੋਰ ਰਹਿੰਦੇ ਨੇ ਜਿਹੜੇ ਜੁਲਾਈ ਮਹੀਨੇ ਵਿੱਚ ਇਹਨਾਂ ਦੇ ਦਿਲ ਇਲੂਮੀਨਾਟੀ ਟੂਰ 'ਤੇ ਹੋਣੇ ਨੇ। ਪਰ ਹੁਣ ਗੱਲ ਸਾਰੇ ਪਾਸੇ ਚਰਚਾ ਹੈ ਕਿ ਆਖਿਰਕਾਰ ਜਿੰਮੀ ਫਾਲਨ ਹੈ ਕੌਣ। ਜਿੰਮੀ ਫਾਲਨ ਇੱਕ ਬਹੁਤ ਪ੍ਰਸਿੱਧ ਕਮੇਡੀਅਨ, ਟੈਲੀਵਿਜ਼ਨ ਹੋਸਟ ਅਤੇ ਐਕਟਰ ਨੇ ਜਿਨ੍ਹਾਂ ਦਾ ਸ਼ੋਅ ਦ ਟੁਨਾਈਟ ਸ਼ੋਅ ਆਪਣੇ ਆਪ ਦੇ ਵਿੱਚ ਹੀ ਅਮੈਰੀਕਾ ਦਾ ਇੱਕ ਸਭ ਤੋਂ ਵੱਡਾ ਸ਼ੋਅ ਹੈ, ਜਿਹਦੇ ਵਿੱਚ ਹੁਣ ਦਿਲਜੀਤ ਦੋਸਾਂਝ ਜਾਣਗੇ। ਦਿਲਜੀਤ ਦੋਸਾਂਝ ਨੇ ਜਦੋਂ ਦੀ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਸਾਂਝੀ ਕੀਤੀ ਸੋਸ਼ਲ ਮੀਡੀਆ 'ਤੇ, ਤਾਂ ਇੱਕ ਵਾਰੀ ਤਾਂ ਸਾਰੇ ਪਾਸੇ ਇਸ ਗੱਲ ਦੀ ਚਰਚਾ ਪੂਰੇ ਜ਼ੋਰਾਂ 'ਤੇ ਹੈ ਕਿ ਹੁਣ ਦਿਲਜੀਤ ਦੋਸਾਂਝ ਨੇ ਨਵਾਂ ਕੀ ਕਰਤਾ, ਅਤੇ ਬਈ ਇਹ ਜਿੰਮੀ ਫਾਲਨ ਆਖਿਰਕਾਰ ਹੈ ਕੌਣ।
ਜਿਮੀ ਫਾਲਨ ਦੇ ਨਾਂ ਦੀਆਂ ਸਰਚਾਂ ਇੰਟਰਨੈਟ ਦੇ ਉੱਤੇ ਪੰਜਾਬੀਆਂ ਦੇ ਵਿੱਚ ਭਾਰਤੀਆਂ ਦੇ ਵਿੱਚ ਬਹੁਤ ਦੇਖਣ ਨੂੰ ਮਿਲੀਆਂ, ਜਿਨ੍ਹਾਂ ਨੂੰ ਹੁਣ ਤੱਕ ਜਿਮੀ ਫਾਲਨ ਦੇ ਦ ਟੁਨਾਈਟ ਸ਼ੋਅ ਦਾ ਨਹੀਂ ਸੀ ਪਤਾ। ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦੋਸਾਂਝ ਪਹਿਲੇ ਪੰਜਾਬੀ ਹੋਣਗੇ ਜਿਹੜੇ ਜਿਮੀ ਫਾਲਨ ਦੇ ਦ ਟੁਨਾਈਟ ਸ਼ੋਅ ਦੇ ਵਿੱਚ ਜਾਣਗੇ। ਹੁਣ ਜੇਕਰ ਗੱਲ ਕਰੀਏ ਜਿਮੀ ਫਾਲਨ ਦੀ, ਤਾਂ 1974 ਦੇ ਜਨਮੇ, ਜਿਨ੍ਹਾਂ ਦੀ ਉਮਰ 49 ਸਾਲ ਹੁਣ ਬਣਦੀ ਹੈ। ਜਿਮੀ ਫਾਲਨ ਨੇ ਕਈ ਤਰੀਕੇ ਦੇ ਪ੍ਰੋਫੈਸ਼ਨ ਸਮੇਂ ਦੇ ਨਾਲ ਬਦਲੇ। ਸ਼ੁਰੂਆਤ ਆਪਣੇ ਕਰੀਅਰ ਦੀ ਉਹਨਾਂ ਜਿਹੜੀ ਕੀਤੀ ਉਹ ਐਜ਼ ਏ ਕਮੇਡੀਅਨ ਕੀਤੀ। ਉਹ ਸ਼ੁਰੂ ਤੋਂ ਕਮੇਡੀਅਨ ਬਣਨਾ ਚਾਹੁੰਦੇ ਸਨ, ਜਿਹਦੇ ਕਰਕੇ ਆਪਣੀ ਪੜ੍ਹਾਈ ਵੀ ਵਿੱਚੇ ਛੱਡ ਕੇ ਉਹ ਕਮੇਡੀ ਵੱਲ ਨੂੰ ਵੱਧ ਗਏ। ਅਮੈਰੀਕਨ ਕਮੇਡੀਅਨ ਅਤੇ ਟੈਲੀਵਿਜ਼ਨ ਹੋਸਟ ਜਿਮੀ ਫਾਲਨ ਨੇ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਕੀਤੀ ਦਾ ਸਕੈਚ ਕਾਮੇਡੀ ਸ਼ੋਅ, ਜੋ ਸੈਟਰਡੇ ਨਾਈਟ ਲਾਈਵ 1998 ਤੋਂ ਲੈ ਕੇ 2004 ਤੱਕ ਆਇਆ। 2004 ਦੇ ਵਿੱਚ ਸ਼ੋਅ ਦੀ ਪ੍ਰਸਿੱਧੀ ਤੋਂ ਬਾਅਦ ਉਹ ਸ਼ੋਅ ਵੱਲੋਂ ਥੋੜ੍ਹਾ ਸਮਾਂ ਰੁਕ ਕੇ ਅਤੇ ਆਪਣੇ ਜਿਹੜੀ ਕਿਸਮਤ ਅਜਮਾਉਣ ਵਾਸਤੇ ਫਿਲਮਾਂ ਵਿੱਚ ਵੀ ਗਏ। ਬੈਕ ਟੂ ਬੈਕ 2004 ਤੋਂ ਲੈ ਕੇ 2005, 7, 8 ਫਿਰ 9 ਤੱਕ ਉਹਨਾਂ ਨੇ ਫਿਲਮਾਂ ਕੀਤੀਆਂ, ਪਰ ਉਸ ਲੈਵਲ ਦੀ ਪ੍ਰਸਿੱਧੀ ਜਾਂ ਕਹਿ ਲਈਏ ਉਸ ਤਰੀਕੇ ਦਾ ਕੰਮ ਨਹੀਂ ਹੋ ਸਕਿਆ। ਅਤੇ ਟੈਲੀਵਿਜ਼ਨ ਦੀ ਦੁਨੀਆ ਦੇ ਵਿੱਚ ਫਿਰ ਵਾਪਸ 2009 ਦੇ ਵਿੱਚ ਉਹਨਾਂ ਨੇ ਇੱਕ ਵਾਰੀ ਫਿਰ ਤੋਂ ਐਂਟਰੀ ਕੀਤੀ ਅਤੇ ਇਸ ਵਾਰੀ ਉਹ ਹੋਸਟ ਬਣ ਕੇ ਆਏ ਲੇਟ ਨਾਈਟ ਸ਼ੋਅ ਵਿਦ ਜਿਮੀ ਫਾਲਨ, ਜਿਸ ਤੋਂ ਬਾਅਦ ਬਹੁਤ ਪ੍ਰਸਿੱਧੀ ਉਹਨਾਂ ਦੀ ਇਸ ਬਹੁਤ ਕਾਮਯਾਬ ਸ਼ੋਅ ਦੇ ਜ਼ਰੀਏ ਹੋਈ। ਅਤੇ ਫਿਰ 2014 ਤੋਂ ਲੈ ਕੇ ਦ ਟੁਨਾਈਟ ਸ਼ੋਅ, ਉਹਦੇ ਵਿੱਚ ਹੁਣ ਤੱਕ ਲਗਾਤਾਰ ਇਹ ਹੋਸਟ ਬਣੇ ਆ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਜਿਹੜਾ ਸ਼ੋਅ ਹੈ ਦ ਟੁਨਾਈਟ ਸ਼ੋਅ, ਇਹ ਬਹੁਤ ਪੁਰਾਣਾ ਸ਼ੋਅ ਹੈ, ਜਿਹਦੀ ਸ਼ੁਰੂਆਤ ਸਾਲ 1954 ਦੇ ਵਿੱਚ ਕੀਤੀ ਜਾ ਰਹੀ ਹੈ ਅਤੇ ਉਦੋਂ ਤੋਂ ਹੀ ਇਹ NBC ਦੇ ਉੱਤੇ ਅਮੈਰੀਕਾਸ ਲੇਟ ਨਾਈਟ ਟਾਕ ਸ਼ੋਅ ਜਿਹੜਾ ਬ੍ਰੌਡਕਾਸਟ ਕੀਤਾ ਜਾਂਦਾ ਹੈ। ਅਤੇ ਇਸ ਦ ਟੁਨਾਈਟ ਸ਼ੋਅ ਨੂੰ ਦੁਨੀਆ ਦਾ ਸਭ ਤੋਂ ਲੰਮਾ ਰਨਿੰਗ ਟਾਕ ਸ਼ੋਅ ਦਾ ਵੀ ਮਾਣ ਹਾਸਲ ਹੈ। ਦੁਨੀਆ ਦੇ ਵਿੱਚ ਹੋਰ ਕੋਈ ਵੀ ਟਾਕ ਸ਼ੋਅ ਨਹੀਂ ਹੈ ਜੋ ਇੰਨੇ ਲੰਮੇ ਸਮੇਂ ਤੋਂ ਲਗਾਤਾਰ ਚੱਲਦਾ ਰਿਹਾ ਹੋਏ। ਤੁਹਾਨੂੰ ਦੱਸ ਦਈਏ ਕਿ ਸ਼ੋਅ ਇੰਨਾ ਵੱਡਾ ਹੈ ਕਿ ਇਸ ਸ਼ੋਅ ਦੇ ਵਿੱਚ ਹੁਣ ਤੱਕ ਅਮੈਰੀਕਨ ਪ੍ਰੈਜ਼ੀਡੈਂਟ ਤੋਂ ਲੈ ਕੇ ਦੁਨੀਆ ਦੀਆਂ ਕਈ ਵੱਡੇ ਐਕਟਰ, ਐਕਟਰੈਸਿਸ, ਬਿਜ਼ਨਸਮੈਨ ਸਾਰੇ ਪਹੁੰਚ ਚੁੱਕੇ ਨੇ। ਡੋਨਲਡ ਟਰੰਪ ਇਸ ਸ਼ੋਅ ਦੇ ਵਿੱਚ ਆ ਚੁੱਕੇ ਨੇ, ਬਰਾਕ ਓਬਾਮਾ ਇਸ ਸ਼ੋਅ ਦੇ ਵਿੱਚ ਆ ਚੁੱਕੇ ਨੇ, ਮਸ਼ਹੂਰ ਫੁੱਟਬਾਲ ਖਿਡਾਰੀ ਡੇਵਿਡ ਬੈਕਮ, ਬਿਲ ਸਮਿਥ, ਨਾਲ ਉਹਨਾਂ ਦੇ ਕਈ ਐਕਟਰਸ, ਐਕਟਰਸਿਸ, ਵਿਨ ਡੀਜ਼ਲ, ਸਲੀਨਾ ਗੋਮੇਜ਼, ਕਿਮ ਕਾਰਡਾਸ਼ੀਅਨ, ਲੇਡੀ ਗਾਗਾ ਅਤੇ ਭਾਰਤ ਤੋਂ ਪ੍ਰਿਯੰਕਾ ਚੋਪੜਾ ਵੀ ਇਸ ਸ਼ੋਅ ਦੇ ਵਿੱਚ ਹੁਣ ਤੱਕ ਆ ਚੁੱਕੇ ਨੇ। ਹੁਣ ਦਿਲਜੀਤ ਇਹਦੇ ਵਿੱਚ ਜਾ ਕੇ ਕਿੱਦਾਂ ਦੀ ਗੱਲਬਾਤ ਕਰਨਗੇ? ਸਾਰਿਆਂ ਦਾ ਧਿਆਨ ਇੱਧਰ ਬਣਿਆ ਹੋਇਆ ਹੈ। ਪੰਜਾਬੀ ਜਿਹੜੇ ਹੁਣ ਤੱਕ ਜਿਮੀ ਫਾਲਨ ਨੂੰ ਨਹੀਂ ਜਾਣਦੇ ਸਨ, ਜਿਮੀ ਫਾਲਨ ਦੇ ਨਾਂ ਦੀਆਂ ਸਰਚਾਂ ਮਾਰ ਮਾਰ ਕੇ ਉਹਨਾਂ ਨੇ ਇਸ ਵਕਤ ਇੰਟਰਨੈਟ ਵੀ ਕਮਲਾ ਕੀਤਾ ਹੋਇਆ। ਦੇਖਦੇ ਹਾਂ ਕਿ ਦਿਲਜੀਤ ਦੋਸਾਂਝ ਕਿੱਦਾਂ ਦੀ ਪਰਫਾਰਮੈਂਸ ਦਿੰਦੇ ਨੇ। ਗੱਲਾਂ ਬਾਤਾਂ ਭਾਈ ਅੰਗਰੇਜ਼ੀ 'ਚ ਹੋਣਗੀਆਂ ਕਿ ਪੰਜਾਬੀ 'ਚ ਹੋਣਗੀਆਂ? ਇਹ ਜਿੰਨਾ ਕੁ ਤੁਹਾਨੂੰ ਪਤਾ ਉਨਾ ਕੀ ਸਾਨੂੰ ਪਤਾ ਹੈ, ਤਾਂ ਲੋਕ ਵੀ ਇਹੀ ਜਾਣਨਾ ਚਾਹੁੰਦੇ ਨੇ। ਹੁਣ ਉਡੀਕ ਰਹੇਗੀ ਕਿ ਦਿਲਜੀਤ ਦੋਸਾਂਝ ਦਾ ਜਿਮੀ ਫਾਲਨ ਦੇ ਨਾਲ ਸ਼ੋਅ ਜਿਹੜਾ ਆ ਕਿਵੇਂ ਦਾ ਜਾਂਦਾ।